ਬੋਲਦੀ ਵਾਲਾ ਭੈਣ ਸਾਰੇ ਦੀ ਗੱਲ ਨੀ, ਤੂੰ ਇੰਨਾ ਵੀ ਰਲ ਮਿਲ ਕੇ ਰਹਿ, ਚਲ ਤੈਨੂੰ ਵੀ ਮੈਨੂੰ ਕਹਿੰਦੀ ਆ, ਤੂੰ ਵੀ ਸਿਆਣੀ ਵਾਲਾ, ਤੁਸੀਂ ਹੁਣ ਰਲ ਮਿਲ ਕੇ, ਹੁਣ ਤੈਨੂੰ ਇੰਨਾ ਤੇ ਇਹਨੂੰ ਕੱਢਣ ਯੋਗ ਰਿਹਾ, ਇਹ ਵੀ ਵਿਆਹ ਕੇ ਲਿਆਂਦੀ ਸੀ, ਨਾ ਤੈਨੂੰ ਕੱਢਣ ਯੋਗ ਰਿਹਾ, ਤੈਨੂੰ ਵੀ ਵਿਆਹ ਕੇ ਲਿਆ, ਹੁਣ ਤਾਂ ਰਲ ਮਿਲ ਕੇ ਵਸ ਕੇ ਟਾਈਮ ਪਾਸ ਕਰ ਦੋ। ਨਿਆਣੀ ਕੰਮ ਕਰਨ ਲਿਆਂਦੀ ਆ, ਤੇਰੇ ਤਾਂ ਹੱਥ ਤੋਂ ਮਹਿੰਦੀ ਨੀ ਲੱਗਦੀ ਹੈਗੀ, ਤੂੰ ਤਾਂ ਮੋਬਾਈਲ ਨੀ ਛੱਡਦੀ ਹੈਗੀ, ਲੁੱਚੀ ਕੇ ਸਾਰੀ ਦਿਹਾੜੀ। ਨਾ ਭੈਣ ਫਿਰ ਇਹੀ ਗੱਲ ਤਾਂ ਤੇਰੀ ਵੀ ਗਲਤ ਆ, ਜਿੰਨਾ ਟਾਈਮ ਹੋ ਗਿਆ ਮੈਨੂੰ ਇਹਨੂੰ ਦੇਖ ਲਾ, ਮੇਰੇ ਕੋਲ ਕੋਈ ਫੋਨ ਨੀ, ਆ ਦੇਖ ਲਾ ਆ ਤੇਰਾ ਬਾਈ ਬੈਠਾ ਸਾਹਮਣੇ। ਸਾਰੀ ਦਿਹਾੜੀ ਪੁੱਤ ਮੋਬਾਈਲ ਦਾ ਖਹਿਣਾ ਨੀ ਛੱਡਦੀ ਹੈਗੀ, ਸਾਰੀ ਦਿਹਾੜੀ ਮੋਬਾਈਲ ਦੀ ਵੰਡ ਚੁੰਗਲਾਂ ਦੇਈ ਜਾਂਦੀ ਹੈ ਦੇਈ ਜਾਂਦੀ ਆ। ਬਾਈ ਉਹ ਐ ਕਹਿੰਦਾ ਵੀ ਮਾੜਾ ਮੋਟਾ ਮੈਨੂੰ ਹਾਲ ਚਾਲ ਨੀ ਪੁੱਛਦੀ, ਫਿਰ ਵੀ ਫਰਕ ਹੁੰਦਾ ਗਾ ਗੱਲ, ਹਨਾ ਸੋਚਣਾ। ਬਾਪੂ ਜੀ ਦੁੱਧ ਪੀ ਲੋ, ਰੱਖ ਦੋ ਭਾਈ ਇੱਥੇ ਰੱਖ ਦੋ। ਬਾਪੂ ਜੀ ਇੱਕ ਗੱਲ ਦੱਸੋ ਮੈਨੂੰ। ਹਾਂ ਪੁੱਛ ਭਾਈ। ਬੇਬੇ ਕਹਿੰਦੀ ਸੀ, ਕਹਿੰਦੀ ਬਾਪੂ ਤੀਵੀਆਂ ਨੂੰ ਛੇੜਦਾ ਬਾਹਰ ਤੇਰਾ, ਉਈ ਕੁੱਤੇ ਬਕਾਈ ਮਾਰੀ ਜਾਂਦੀ ਆ, ਮੈਂ ਕੀ ਲੈਣਾ ਕਿਸੇ ਤੀਵੀ ਨੂੰ ਛੇੜ ਕੇ, ਭਾਈ ਮੈਂ ਤਾਂ ਤੀਵੀ ਕਣੀ ਅੱਖ ਪੱਟ ਕੇ ਨੀ ਝਾਕਦਾ। ਅੱਛਾ ਬਾਪੂ ਜੀ, ਉਹਦੇ ਬਾਹਰ ਇਲਜ਼ਾਮ ਲਾਈ ਜਾਂਦੀ ਆ ਤੁਹਾਡੇ ਤੇ, ਉਈ ਮਰੀ ਜਾਂਦੀ ਆ ਗੱਲਾਂ ਭਾਈ, ਇਹੋ ਜਿਹਾ ਕੋਈ ਚੱਕਰ ਨੀ ਹੈਗਾ। ਬਾਪੂ ਜੀ ਕਿਸੇ ਨਾਲ ਪਿਆਰ ਪੂਰ ਨੀ ਹੋਇਆ ਸੁਣ? ਪਿਆਰ ਪੂਰ ਤਾਂ ਨੀ, ਖੈਰ ਹੋਇਆ ਨੀ ਭਾਈ ਪਿਆਰ ਜਿਹਾ। ਨਾ ਬਾਪੂ ਜੀ ਦੱਸ ਦੋ, ਮੈਂ ਇੱਥੇ ਨਾਲ ਕਹੋ, ਮੈਂ ਤੁਹਾਡੀ ਹੈਲਪ ਕਰੂੰਗੀ ਨਾਲ। ਪਿਆਰ ਤਾਂ ਭਾਈ ਖਾਸੀਆਂ ਨਾਲ ਹੁੰਦਾ, ਕਰੀ ਬੈਠਾ ਮੈਂ। ਇੰਨੀਆਂ ਕਿੰਨੀਆਂ ਕਿ ਬਾਪੂ ਜੀ ਖਾਸੀਆਂ, ਇੱਕ ਅੱਧੀ ਹੋ ਕੋਈ? ਇੱਕ ਅੱਧੀ ਕਿੱਥੇ ਭਾਈ, ਜੇ ਤੈਨੂੰ 10 ਸਾਲ ਲੱਗ ਜਾਣੀ ਪਤਾ ਦਿਨ ਚੜ ਗਈ। ਹੈਂ ਬਾਪੂ ਜੀ ਇੰਨੀਆਂ ਰੱਖ ਰੱਖੀਆਂ ਤੁਸੀਂ? ਹਾਂ 25-30 ਨੂੰ ਤਾਂ ਭਾਈ ਮੈਂ ਦਿਲੋਂ ਸੱਚਾ ਪਿਆਰ ਕਰਦਾ। 25-30 ਨੂੰ? ਹਾਂ ਇੰਨੀਆਂ? ਹਾਂ 25-30 ਦੂਸਰੇ ਲੋਟ ਨੇ ਭਾਈ। ਛਿੰਦੀ ਛੁੰਦੀ ਵਰਗੀ ਦੇਖੀ ਤਾਂ? ਨਾ ਬਾਪੂ ਜੀ ਮੈਂ ਨੀ ਵੇਖੀ। ਆਪਣੀ ਗਵਾਂਢ ਜਿਹੜੀ ਆਈ ਹੋਈ ਹੈ। ਅੱਛਾ ਹਾਂ, ਉਹ ਵੀ ਆਪਣੀ ਚੇਲੀ ਹੈ ਭਾਈ। ਕੋਈ ਨਾ ਬਾਪੂ ਜੀ, ਫਿਰ ਆਪਾਂ ਤੈਨੂੰ ਸ਼ਹਿਰ ਕਰਨ ਚੱਲਿਆ ਕਰਾਂਗੇ ਬਾਹਰ। ਸ਼ਹਿਰ ਮੂਰਤੀ ਕਿੱਥੇ ਕਰਨ ਦਿੰਦੀ ਆ ਸ਼ਹਿਰ, ਇਹਨੂੰ ਨਾਲ ਲੈ ਕੇ ਜਾਇਆ ਕਰਾਂਗੇ ਆਪਾਂ। ਚੱਲ ਕੋਈ ਨਾ ਕੁਝ। ਉਹ ਭਾਈ ਜਿਹੜੀ ਸੱਚ ਤੇਰੀ ਸਹੇਲੀ ਨੇ ਆਉਣਾ ਸੀ ਬਾਪੂ ਜੀ, ਉਹ ਕਹਿੰਦੀ ਨਾ ਮੈਂ ਆਉਂਗੀ, ਫੋਟੋ ਮੈਨੂੰ ਭੇਜ ਭਾਈ, ਇੱਥੇ ਭੇਜ ਦੇ, ਇੱਥੇ ਭੇਜ ਦੇ। ਲੱਖਾਂ ਸੌਂ ਗਿਆ ਉਦੋਂ ਵੀ ਫੋਨ ਲਾ ਕੇ ਬੁਲਾ ਕੇ ਨਾ, ਮੈਂ ਸਫਾਈ ਸਫੂਈ ਕਰਾ ਕੇ ਖਬਰਾਂ ਖਬਰਾਂ ਕਟਾਉਣਾ ਕਰਾਂ ਨਾ। ਮੈਂ ਆਉਣ ਨੂੰ ਕਹੂੰਗੀ ਤੜਕੇ ਫੋਨ ਲਾ ਕੇ ਵੀ ਤੂੰ ਆ ਜਾ, ਇੱਕ ਆ ਜਾ ਕੇ ਤੜਕੇ 6 ਵਾਲੀ ਬਸ ਤੇ ਆ ਜਾ, ਮੈਂ ਅੱਡੇ ਤੇ ਲੈਣ ਜਾਣਾ ਚਾਹ ਪੀ ਸਾ। ਕਾਲੀ ਕਾਤੋਂ ਕਰਦੇ ਹੋ ਕਾਲੀ ਭਾਈ, ਕੋਈ ਨਾ ਬੁਲਾ ਲਾ, ਇਹ ਤਾਂ ਦੁਬਾਰੇ ਦੇਖਾਂ ਫੋਟੋ ਜੀ ਭਾਈ। ਲੈ ਬਾਪੂ ਜੀ ਆ, ਕੁੜੀਆਂ ਮੈਨੂੰ ਪਤਾ ਬਾਹਰਲਾ ਸਮਾਨ ਬੜਾ ਖਾਂਦੀਆਂ ਨੇ, ਕੀ ਖਾਂਦੀਆਂ ਨੇ, ਕੌਫ ਤੇ ਕੂਫ ਤੇ ਪਤਾ ਨੀ ਮੈਨੂੰ ਤਾਂ। ਬਾਕੀ ਹੁਣ ਮੈਂ ਤੁਹਾਡੀ ਗੱਲ ਕਰਾ ਦੂ, ਜਦੋਂ ਘਰੇ ਨਾ ਕੋਈ ਹੋਇਆ, ਚੱਲ ਤੂੰ ਤੜਕੇ ਬੁਲਾ ਲੈ ਕੇ।
ਉਹਨੂੰ ਕਹਿ ਆ ਜਾ ਮਿਲ ਜਾ, ਮੈਂ ਪਿੰਡ ਪੁੰਡ ਖੇਤ ਕੁ ਸਾਰਾ ਕੁਝ ਦਿਖਾ ਕੇ। ਪਰ ਬਾਪੂ ਜੀ ਉਹਦੇ ਨਾਲ ਕੋਈ ਗਲਤ ਹਰਕਤ ਨਾ ਕਰ। ਨਾ ਇਹੋ ਜਿਹਾ ਕੰਮ ਨਹੀਂ ਕਰਦੇ ਆਪਾਂ ਭਾਈ, ਜੇ ਤੂੰ ਕਹੇ ਤਾਂ ਆਪਾਂ ਨਹੀਂ ਕਰਦੇ। ਕੋਈ ਵਧੀਆ ਚੀਜ਼ ਬਣਾ ਕੇ ਖਵਾ। ਬਾਪੂ ਜੀ ਮੈਂ ਕੱਲ ਨੂੰ ਬਣਾਉਂਗੀ ਮੋਮਜ। ਮੋਮੇ ਭਾਈ? ਮੋਮਜ ਬਾਪੂ ਜੀ ਕੀ? ਬਾਪੂ ਮੋਮੇ ਮੋਮੇ ਜੇ ਕਰੀ ਜਾਂਦਾ ਪਤਾ ਨੀ, ਇਹ ਕਹਿ ਜਾ ਕਹਿੰਦੇ ਮੋਮਾ ਬਣਾ ਕੇ ਭਾਈ ਖਾ ਲਾਂਗੇ। ਉਹੀ ਪਕਾਈ ਮਰੀ ਜਾਂਦੀ ਆ ਭੈਣ ਚੋਦੀ ਇਹ ਵੀ। ਮੋਮਜ ਆਖਿਆ ਮੈਂ, ਆਖਿਆ ਮੋਮਜ ਜਦੋਂ ਤੈਨੂੰ ਮੈਂ ਆਖਿਆ ਸੀ ਵੀ ਦੁੱਧ ਰੱਖ ਕੇ ਇੱਥੇ ਤੂੰ ਸਿੱਧੀ ਅੰਦਰ ਵਗ ਜੀ, 10 ਮਿੰਟ ਤਾਂ ਬਾਹਰ ਬੈਠਣੀ ਆ। ਉਹ ਫੇਰ ਕੀ ਹੋ ਗਿਆ ਯਾਰ, ਬਹਿ ਗਈ ਆ 4 ਮਿੰਟ ਗੱਲਾਂ ਕਰ ਲਿਆ, ਹੱਸ ਖੇਡ ਲੈਂਦੀ ਆ ਵਿਚਾਰੀ, ਉਹਦੇ ਨਾਲ ਲੜੀ ਜਾਂਦੀ ਆ ਮੂਰਤੀ ਨਾਲ ਸਾਰਾ ਦਿਨ। ਇਸੇ ਨਾਲ ਹੀ ਹੱਸਣਾ ਖੇਡਣਾ ਤੂੰ ਲਾਹੌਰ ਹੁਣ, ਉਹ ਤਾਂ ਅੱਜ ਤੱਕ ਕਦੇ ਬੋਲੀ ਨੀ। ਪਰ ਤੂੰ ਤਾਂ ਮਾਂ ਵਰਗ ਤੇ ਨਾਲ ਕੀ ਬੋਲਾਂ, ਉਹ ਕੀ ਹੁੰਦਾ ਹੱਸ ਖੇਡ ਲਈਦਾ ਬੰਦਾ ਯਾਰ। ਉਹਨਾਂ ਥੋੜਾ ਜਿਹਾ ਤਾਂ ਦੂਰ ਗਿਆ ਕਰ। ਕਿਉਂ ਇਹਦੇ ਚੜਾਏ ਹਾਥੀ ਹਜੇ ਤੱਕ ਨਹੀਂ ਉਤਰੇ? ਇਹ ਨਹੀਂ ਕਿ ਹਾਥੀ ਚੜਾਤੇ, ਤੈਨੂੰ ਪਤਾ ਨੀ ਹਜੇ ਇਹ ਗੱਲਾਂ ਦਾ? ਕੀ ਨੀ ਪਤਾ, ਮਰੀ ਜਾਂਦਾ ਭੈਣ ਦਾ ਖਸਮ, ਆਪਣੇ ਪਿੰਡ ਦਾ ਕੋਈ ਹਾਥੀ ਨੀ ਆਇਆ, ਕਿਹੜਾ ਹਾਥੀ ਚੜਾਦਾ ਤਾਂ? ਹਾਥੀ ਨੀ ਆਇਆ ਪਤਾ ਬਾਪੂ, ਸਾਨੂੰ ਪਿੰਡ ਚੋਂ ਬਥੇਰੀਆਂ ਗੱਲਾਂ ਆਉਂਦੀਆਂ ਸਾਡੇ ਕੋਲੇ। ਓਏ ਓਏ ਮਰੀ ਜਾਂਦੇ ਨੇ ਲੋਕ, ਲੋਕ ਮਰੀ ਜਾਂਦੇ ਨੇ। ਚੱਲ ਖੜੀ ਹੋ ਚੱਲੀਏ, ਬਥੇਰਾ ਟਾਈਮ ਹੋ ਗਿਆ, ਬਹਿ ਜਾ 10 ਮਿੰਟ, ਉਹ ਬਹਿ ਜਾ ਗੱਲਬਾਤ ਕਰ ਲੈ। ਕੋਈ ਕੰਜਰ ਦਾ ਸਾਰਾ ਦਿਨ ਮੈਂ ਤੁਰਿਆ ਫਿਰਦਾ, ਮਸਾ ਤੇਰੇ ਇਕੱਠੇ ਹੋਣੇ, ਬਹਿ ਜਾ। ਉਹ ਗੱਲਾਂ ਬਾਤਾਂ ਨੂੰ ਬਾਪੂ ਦਿਨ ਹੁੰਦਾ ਯਾਰ, ਰਾਤ ਨੂੰ ਗੱਲਾਂ ਬਾਤਾਂ ਹੁੰਦੀਆਂ ਨੇ। 100 ਕੰਮ ਧੰਦੇ ਹੁੰਦੇ ਨੇ, ਨਾਲੇ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। 2-3 ਸਾਲ ਹੋ ਗਏ ਤੁਹਾਡੇ ਵਿਆਹ ਨੂੰ, ਕੁੜੀ ਚੋ ਤੇ ਕੋਈ ਜਵਾਕ ਚਮੂਕ ਹੀ ਕਰ ਲਓ। ਬਾਪੂ ਕਰ ਲਾਂਗੇ, ਬਥੇਰਾ ਟਾਈਮ ਪਿਆ ਹਜੇ ਯਾਰ। ਓਏ ਕਰ ਲੋ, ਟਾਈਮ ਨੰਗੀ ਜਾਂਦਾ ਫਿਰ ਐਵੇਂ ਬਾਬਿਆਂ ਕੋਲੇ ਤੁਰੇ ਫਿਰੋਗੇ, ਫੇਰ ਨੀ ਹੋਣਾ। ਬਥੇਰਾ ਕਹਿਣੀ ਬਾਪੂ ਜੀ, ਇਹ ਨੀ ਕੁਛ ਕਰ ਲੋ ਕਿ ਬਥੇਰਾ ਕੁਛ। ਚੱਲ ਅੰਦਰ ਚੱਲੀਏ, ਪਈਏ ਬਥੇਰਾ ਟਾਈਮ ਹੋ ਗਿਆ, ਪਤਾ ਕਰ ਲੋ, ਖੇਡ ਲਿਆ ਕਰਾਂਗੇ। ਬਾਪੂ ਇਹੋ ਜਿਹੀਆਂ ਗੱਲਾਂ ਦਿਨੇ ਹੁੰਦੀਆਂ ਯਾਰ, ਸਾਰੀ ਰਾਤ ਲੰਘ ਗਈ। ਓਏ ਜਵਾਕ ਤਾਂ ਹੁਣ ਰਾਤ ਨੀ ਹੁੰਦਾ, ਜੇ ਬਾਪੂ ਯਾਰ ਕੋਈ ਗੱਲ ਉਹ ਕਰੇਗਾ ਫੇਰ ਹੀ ਆ। ਚੱਲ ਚੰਗਾ ਬਾਪੂ, ਸੌਂ ਜਾਓ। ਚੱਲ ਸੌਂ ਜਾਂਦੇ, ਸਾਨੂੰ ਹੁਣ ਟਾਈਮ ਹੋ ਗਿਆ। ਕਰ ਲੋ ਹੁਣ ਚੰਗਾ ਟਾਈਮ ਨਾਲ ਹੀ, ਕੱਬ ਦੇ ਕਿੱਲੀ ਕਰਾਂ। ਭੈਣ ਦੇ ਖਸਮ 2 ਸਾਲ ਹੋ ਗਈ ਤੁਰੇ ਫਿਰੇ ਤੇ ਬਾਬਿਆਂ ਕੋਲੇ ਫਲ ਪਵਾਉਂਦੇ, ਭੈਣ ਦੀ ਛੋਡੀ ਖੜ ਤਾਂ ਨਾਲ ਦੀ ਨਾਲ ਹੀ ਕਰਦੇ। ਮੇਰਾ ਵਿਆਹ ਹੋਇਆ ਸੀ, ਭੈਣ ਦੀ ਲਗਾਤਾਰ 4 ਮਾਰੇ ਕੱਢ ਕੇ, 2 ਬੈਠੇ ਨੇ ਕਨੇਡਾ, 2 ਬੰਦੇ ਨੇ ਆ ਮੇਰੇ ਸਾਲੇ ਮਿਲਦੇ। ਕੀ ਬੋਲੀਆਂ ਨਾ ਸੀ ਬੇ, ਆ ਕੀ ਹੋ ਗਿਆ ਤੈਨੂੰ, ਕੀ ਖੌਰੂ ਪਾਇਆ ਸੀ ਉਹਨਾਂ ਤੋਂ? ਓਏ ਕੋਈ ਖੌਰੂ ਨੀ ਪਾਇਆ, ਤਾਂ ਉਹ ਗੱਲਾਂ ਕੀ ਗਿਆਨ ਸਵਾ